ਦੇਖੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਕੱਲ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੋ ਪ੍ਰੋਫਿਟ ਨੋ ਲੌਸ ਬੇਸਿਸ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ 514 ਰੁਪਏ ਦੇ ਵਿੱਚ ਆਕਸੀਮੀਟਰਸ ਨੇ ਜਿਹੜੇ ਉਹ ਵੇਚਣ ਜਾ ਰਹੀ ਹੈ। ਜੇ ਸਰਕਾਰ ਸ਼੍ਰੀ ਸੁਨੀਲ ਜਾਖੜ ਜੀ ਉਹਨਾਂ ਨਾਲ ਰਾਏ ਕਰ ਲੈਂਦੀ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਆਪਣੀ ਆਕਸੀਮੀਟਰ ਕੈਂਪੇਨ ਲਾਂਚ ਕਰਨ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਸੁਨੀਲ ਜਾਖੜ ਜੀ ਨੇ ਹੀ ਕਿਹਾ ਸੀਗਾ ਕਿ ਅਜਿਹੇ ਆਕਸੀਮੀਟਰ ਤਾਂ 55 ਰੁਪਈਆਂ ਦੇ ਵਿੱਚ ਮਿਲਦੇ ਨੇ। ਸੋ ਜੇ ਕੈਪਟਨ ਸਾਹਿਬ ਜਾਖੜ ਸਾਹਿਬ ਦੀ ਸਲਾਹ ਲੈ ਲੈਂਦੇ ਤਾਂ ਸ਼ਾਇਦ ਲੋਕਾਂ ਨੂੰ ਸਸਤੇ ਰੇਟਾਂ ਦੇ ਉੱਪਰ ਰੀਜ਼ਨੇਬਲ ਰੇਟਸ ਦੇ ਉੱਪਰ ਇਹ ਆਕਸੀਮੀਟਰਸ ਨੇ ਜਿਹੜੇ ਉਹ ਪ੍ਰੋਵਾਈਡ ਕਰਾਏ ਜਾ ਸਕਦੇ। ਦਰਅਸਲ ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਲ ਨੂੰ ਦੇਖਦੇ ਹੋਏ ਨੋ ਪ੍ਰੋਫਿਟ ਨੋ ਲੌਸ ਦੇ ਤਹਿਤ ਲੋਕਾਂ ਨੂੰ 514 ਰੁਪਏ ਦੇ ਵਿੱਚ ਆਕਸੀਮੀਟਰ ਵੇਚਣ ਦੀ ਗੱਲ ਕਹੀ ਜਾ ਰਹੀ ਹੈ, ਜਿਸ 'ਤੇ ਅਮਨ ਅਰੋੜਾ ਨੇ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਅਤੇ ਨਾਲ ਹੀ ਅਮਨ ਅਰੋੜਾ ਨੇ ਤਿੱਖਾ ਤੰਜ ਵੀ ਕੱਸਿਆ। ਦੇਖੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੋ ਪ੍ਰੋਫਿਟ ਨੋ ਲੌਸ ਬੇਸਿਸ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ 514 ਰੁਪਏ ਦੇ ਵਿੱਚ ਆਕਸੀਮੀਟਰਸ ਨੇ ਜਿਹੜੇ ਉਹ ਵੇਚਣ ਜਾ ਰਹੀ ਹੈ। ਮੈਂ ਸਮਝਦਾ ਕਿ ਇਹ ਗੱਲ ਦਾ ਖੁਲਾਸਾ ਅਸੀਂ ਕੱਲ੍ਹ ਹੀ ਬੜੇ ਵਿਸਤਾਰ ਦੇ ਵਿੱਚ ਕਰ ਚੁੱਕੇ ਹਾਂ ਕਿ ਮਾਰਕੀਟ ਦੇ ਵਿੱਚ ਚੰਗੀ ਵਧੀਆ ਕੁਆਲਿਟੀ ਦੇ ਜਿਹੜੇ ਆਕਸੀਮੀਟਰਸ ਨੇ ਉਹ ਤਕਰੀਬਨ 350 ਰੁਪਏ ਦੇ ਵਿੱਚ ਈਜ਼ੀਲੀ ਅਵੇਲੇਬਲ ਨੇ। ਸੋ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਮਾਰਕੀਟ ਪ੍ਰਾਈਸ ਨਾਲੋਂ ਵੱਧ ਵੇਚਣਾ ਸਰਕਾਰ ਵੱਲੋਂ ਮੈਂ ਸਮਝਦਾ ਕਿ ਲੋਕਾਂ ਦਾ ਧੱਕਾ ਔਰ ਧੋਖਾ ਹੈ। ਔਰ ਮੈਂ ਇੱਕ ਨਾਲ ਬੇਨਤੀ ਹੋਰ ਵੀ ਕਰੂੰਗਾ ਕਿ ਇਹਨਾਂ ਨੂੰ ਪਰਚੇਜ਼ ਨੂੰ ਅੰਜਾਮ ਦੇਣ ਤੋਂ ਪਹਿਲਾਂ ਜੇ ਸਰਕਾਰ ਸ਼੍ਰੀ ਸੁਨੀਲ ਜਾਖੜ ਜੀ ਉਹਨਾਂ ਨਾਲ ਰਾਏ ਕਰ ਲੈਂਦੀ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਆਪਣੀ ਆਕਸੀਮੀਟਰ ਕੈਂਪੇਨ ਲਾਂਚ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਸਮੇਂ ਸੁਨੀਲ ਜਾਖੜ ਜੀ ਨੇ ਹੀ ਕਿਹਾ ਸੀਗਾ ਕਿ ਅਜਿਹੇ ਆਕਸੀਮੀਟਰ ਤਾਂ 55 ਰੁਪਈਆਂ ਦੇ ਵਿੱਚ ਮਿਲਦੇ ਨੇ। ਸੋ ਜੇ ਕੈਪਟਨ ਸਾਹਿਬ ਜਾਖੜ ਸਾਹਿਬ ਦੀ ਸਲਾਹ ਲੈ ਲੈਂਦੇ ਤਾਂ ਸ਼ਾਇਦ ਲੋਕਾਂ ਨੂੰ ਸਸਤੇ ਰੇਟਾਂ ਦੇ ਉੱਪਰ ਰੀਜ਼ਨੇਬਲ ਰੇਟਸ ਦੇ ਉੱਪਰ ਇਹ ਆਕਸੀਮੀਟਰਸ ਨੇ ਜਿਹੜੇ ਉਹ ਪ੍ਰੋਵਾਈਡ ਕਰਾਏ ਜਾ ਸਕਦੇ। ਸੋ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਦੇ ਲੋਕਾਂ ਦੇ ਕਰੋਨਾ ਦੀ ਵਜ੍ਹਾ ਕਰਕੇ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਹੇ ਨੇ, ਬੈਸਟ ਪੋਸੀਬਲ ਚੀਪੈਸਟ ਰੇਟਸ ਦੇ ਉੱਪਰ ਸਰਕਾਰ ਨੂੰ ਅਵੇਲੇਬਲ ਕਰਾਉਣੇ ਚਾਹੀਦੇ ਨੇ ਅਤੇ ਇਹਦੇ ਲਈ ਬੈਸਟ ਪੋਸੀਬਲ ਨੈਗੋਸੀਏਸ਼ਨ ਨੇ ਜਿਹੜੀਆਂ ਸਰਕਾਰ ਨੂੰ ਉਹ ਕਰਨੀਆਂ ਚਾਹੀਦੀਆਂ ਨੇ। ਇਸ ਦੇ ਨਾਲ ਹੀ ਆਪ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੇ ਸ਼ਹਿਰ ਪਟਿਆਲੇ ਦਾ ਹਾਲ ਵੇਖ ਲਓ ਜਿੱਥੇ ਕਰੋਨਾ ਦਾ ਹਰ ਦਿਨ ਬਲਾਸਟ ਹੋ ਰਿਹਾ। ਨਾਲ ਹੀ ਅਰੋੜਾ ਨੇ ਕੈਪਟਨ ਨੂੰ ਸਲਾਹ ਵੀ ਦਿੱਤੀ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਜਾਖੜ ਨੇ ਅਬੋਹਰ ਨੂੰ ਲੈ ਕੇ ਸੱਤਾ ਧਿਰ ਪਾਰਟੀ 'ਤੇ ਖੂਬ ਨਿਸ਼ਾਨੇ ਸਾਧੇ। ਸੋ ਵੇਖਣਾ ਇਹ ਹੋਵੇਗਾ ਕਿ ਆਖਿਰ ਇਹ ਮਾਮਲਾ ਕਿੰਨਾ ਕੁ ਧੂਲ ਫੜਦਾ ਹੈ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।